ਬੈਕ ਡੂ ਬਰੋਸ ਚੈਨਲ ਥੋੜੇ ਲੰਬੇ ਟਾਈਮ ਬਾਅਦ ਵਲੌਗ ਸਟਾਰਟ ਕਰਨ ਲੱਗੇ ਹਾਂ ਅਤੇ ਅੱਜ ਘਰੇ ਸੀਗਾ ਔਰ ਕਾਫੀ ਟਾਈਮ ਹੋ ਗਿਆ ਪ੍ਰੀਵੀਅਸ ਜੋ ਵਲੌਗ ਅਸੀਂ ਅਪਲੋਡ ਕੀਤਾ ਸੀਗਾ ਦੁਬਈ ਮਸਲ ਸ਼ੋਅ ਦਾ ਸੈਕਿੰਡ ਪਾਰਟ ਉਹਨੂੰ ਮਤਲਬ ਕਾਫੀ ਸਪੀਡ ਨਾਲ ਜਿੰਨਾ ਕਿ ਵਿਊ ਆਏ ਨੇ ਥੈਂਕ ਯੂ ਸੋ ਮੱਚ ਔਰ ਉਨੇ ਕੁ ਵਿਊ ਮੇਰੇ ਲਈ ਔਰ ਮੇਰੇ ਭਰਾ ਲਈ ਇਹਦੇ ਲਈ ਜਿਹੜਾ ਬੈਠਾ ਕੈਮਰਾ ਫੜ ਕੇ ਹੁਣ ਪਿੱਛੇ ਵੈਰੀ ਮੱਚ ਇਨਫ ਨੇ ਇੰਨੇ ਔਰ ਇਸ ਤਰ੍ਹਾਂ ਹੀ ਥੋੜ੍ਹਾ ਥੋੜ੍ਹਾ ਪਿਆਰ ਕਰਦੇ ਰਹੋ ਔਰ ਪਿਆਰ ਨੂੰ ਵਧਾਉਂਦੇ ਰਹੋ ਥੈਂਕ ਯੂ ਸੋ ਮੱਚ ਡੂ ਸਬਸਕ੍ਰਾਈਬ ਡੂ ਬਰੋ ਚੈਨਲ ਪਲੀਜ਼ ਬਰੋ ਔਰ ਸੈਕਿੰਡ ਪਾਰਟ ਕਿ ਤੁਹਾਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਨਿਊ ਈਅਰ ਟੂ 2019 ਗੋਨ ਅਤੇ 2020 ਆ ਗਿਆ ਇਸ ਕਰਕੇ ਆਪਣਾ ਨਵਾਂ ਸਾਲ ਇੱਕ ਨਵੀਂ ਕੁਛ ਅੱਛੇ ਤਰੀਕੇ ਨਾਲ ਵਧੀਆ ਥਿੰਕਿੰਗ ਨਾਲ ਉਹਨੂੰ ਪਿਆਰ ਮੁਹੱਬਤ ਨਾਲ ਸਟਾਰਟ ਕਰੋ ਔਰ ਆਪਣੇ ਕੋਲ ਜੋ ਵੀ ਡਿਸੀਜਨ ਨੇ ਟਾਰਗੇਟ ਨੇ ਉਹਨਾਂ ਨੂੰ ਪੂਰਾ ਕਰਨ ਲਈ ਟਰਾਈ ਕਰੋ ਓਕੇ ਮੇਨ ਮੁੱਦਾ ਕੀ ਆ ਕਿ ਅੱਜ ਛੋਟਾ ਜਿਹਾ ਮਤਲਬ ਛੋਟੇ ਨੂੰ ਕਿੰਨੇ ਟਾਈਮ ਤੋਂ ਮੈਂ ਕਹਿੰਦਾ ਹੁੰਦਾ ਕਿ ਕਾਰ ਵਾਸ਼ ਕਰਵਾ ਲਿਆ ਕਾਰ ਵਾਸ਼ ਕਰਵਾ ਲਾ ਅਤੇ ਅੰਦਰੋਂ ਵੀ ਥੋੜ੍ਹੀ ਗੰਦੀ ਸੀਗੀ ਔਰ ਡੀਪ ਕਲੀਨਿੰਗ ਚਾਹੀਦੀ ਸੀਗੀ ਜਿਹਦੇ ਕਰਕੇ ਕਾਰ ਲੈ ਕੇ ਜਾਣੀ ਪੈਣੀ ਆ ਵਰਕਸ਼ਾਪ ਉੱਥੇ ਉਹਨਾਂ ਨੂੰ ਕਾਲ ਕਰਕੇ ਅਸੀਂ ਪੁੱਛਿਆ ਸੀਗਾ ਵੀ ਘੱਟ ਤੋਂ ਘੱਟ ਵੀ 5 ਤੋਂ 7 ਘੰਟੇ ਉਹਨਾਂ ਨੂੰ ਚਾਹੀਦੇ ਨੇ ਫੁੱਲ ਡੇ ਕਾਰ ਉਹ ਉੱਥੇ ਕੀਪ ਕਰਨਗੇ ਅਤੇ ਉਹਦੀ ਸੀਟ ਵਗੈਰਾ ਓਪਨ ਕਰਕੇ ਸਾਰਾ ਕੁਛ ਫੁੱਲ ਡੇ ਕਾਰ ਰੱਖਣੀ ਪੈਣੀ ਸੀ ਉਹਨਾਂ ਨੂੰ ਅਤੇ ਕਿਉਂਕਿ ਇੱਕ ਦਿਨ ਬੰਦੇ ਦਾ ਵੇਸਟ ਹੁਣ ਜਾਣਾ ਆਉਣਾ ਸਾਰਾ ਕੁਛ ਹੈ ਨਾ ਅਤੇ ਇੱਕ ਕੱਲ੍ਹ ਹੀ ਸਾਨੂੰ ਪਤਾ ਲੱਗੀ ਸੀ ਨਵੀਂ ਸਰਵਿਸ ਨਵੀਂ ਨਹੀਂ ਹੈਗੀ ਤਾਂ ਪੁਰਾਣੀ ਲੇਕਿਨ ਸਾਨੂੰ ਨਵੀਂ ਪਤਾ ਲੱਗੇ ਵੀ ਹਾਂ ਇਹ ਸਰਵਿਸ ਚੱਲ ਰਹੀ ਹੈ ਇੱਥੇ ਅਤੇ ਹੁਣ ਕਰਵਾਉਂਦੇ ਆਪਾਂ ਆਪਣੀ ਫੋਰਡ ਮਸਟੈਂਗ ਨੂੰ ਡੀਪ ਕਲੀਨਿੰਗ ਹੈ ਨਾ ਤੁਸੀਂ ਵੀ ਚੱਲੋ ਇੱਥੇ ਘਰ ਹੀ ਆ ਗਏ ਨੇ ਮਤਲਬ ਘਰ ਏਰੀਏ ਦੇ ਵਿੱਚ ਹੀ ਨੇ ਉਹ ਆਲਰੇਡੀ ਕਾਰ ਵਾਸ਼ ਕਰ ਰਹੇ ਨੇ ਘਰ ਆ ਕੇ ਡੀਪ ਕਲੀਨਿੰਗ ਕਰਨਗੇ A to Z ਸਰਵਿਸਿਸ ਵਗੈਰਾ ਉਹਨਾਂ ਨੇ ਦੱਸਦੀਆਂ ਸੀਗੀਆਂ ਕੀ ਕਰਨਗੇ ਅਤੇ ਉਹਦੇ ਹਿਸਾਬ ਨਾਲ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਸੇਮ ਏਰੀਏ ਦੇ ਜਿੱਥੇ ਕਾਰ ਵਾਸ਼ ਹੋ ਰਹੀ ਆ ਫਿਰ ਤੁਹਾਨੂੰ ਦਿਖਾਉਂਦੇ ਹਾਂ ਓਕੇ ਬਲੌਗ ਦੇ ਵਿੱਚ ਬਸ ਇਹ ਤਾਂ ਅਲਟੀਮਾ ਖੜੀ ਆ ਇਹਦੀ ਵਾਸ਼ਿੰਗ ਨਹੀਂ ਹੋ ਰਹੀ ਇਹਦੀ ਕੋਈ ਲੋੜ ਨਹੀਂ ਹੈਗੀ ਰੈਗੂਲਰ ਯੂਜ਼ ਲਈ ਆ ਇਹ ਇੱਥੇ ਰਾਤ ਆਈ ਸੀ ਸਰਵਿਸ ਅਤੇ ਇਹਨਾਂ ਨੂੰ ਚੈੱਕ ਕੀਤਾ ਸੀ ਯਾਰ ਅਸੀਂ ਥੋੜ੍ਹਾ ਹੌਲੀ ਆ ਪਤਾ ਨਹੀਂ ਕਿੱਦਾਂ ਸੌਂ ਕੇ ਉੱਠਿਆ ਵਾ ਹੈ ਨਾ ਕੀ ਆ ਤਾਂ ਕਰਕੇ ਸਾਊਂਡ ਆ ਰਿਹਾ ਵਾ ਕਾਫੀ ਜ਼ਿਆਦਾ ਅਤੇ ਇਹ ਸਰਵਿਸ ਬਾਰੇ ਮੈਂ ਦੱਸਦਾ ਤੁਹਾਨੂੰ ਇਹ ਇਹਨਾਂ ਦੀ ਗੱਡੀ ਆ ਓਕੇ ਇਹਨਾਂ ਦਾ ਕੰਟੈਕਟ ਨੰਬਰ ਆ ਅਲੈਨ ਦੇ ਵਿੱਚ ਇਹਨਾਂ ਨੂੰ ਬੁੱਕ ਕਰੋ ਫੋਨ ਕਰਕੇ ਇਮੀਡੀਏਟ ਉਹ ਸਰਵਿਸ ਇਹਨਾਂ ਮਤਲਬ ਇਹ ਨਹੀਂ ਹੈਗਾ ਵੀ ਡਿਲੇ ਹੋ ਰਿਹਾ ਕੱਲ੍ਹ ਹੋ ਰਿਹਾ ਜਾਂ ਪਰਸੋਂ ਹੋ ਰਿਹਾ ਨਾ ਇਹਨਾਂ ਨੂੰ ਕਾਲ ਕੀਤੀ ਆ ਦੇ ਗੈਟ ਰੈਡੀ ਟੂ ਸਰਵਿਸ ਕੋਈ ਡਿਲੇ ਨਹੀਂ ਕੁਛ ਨਹੀਂ ਐਸਾ ਹੈ ਨਾ ਹੁਣ ਮੈਂ ਤੁਹਾਨੂੰ ਇੱਕ ਥੋੜ੍ਹੀ ਨਜ਼ਰ ਮਾਰਦਾ ਇਹਨਾਂ ਦੀ ਕਾਰ 'ਤੇ ਸਰਵਿਸ ਕਾਰ 'ਤੇ ਦੈਨ ਜੋ ਵਾਸ਼ਿੰਗ ਚੱਲ ਰਹੀ ਆ ਉੱਥੇ ਓਕੇ ਕੀ ਪ੍ਰਾਈਜ਼ ਨੇ ਤੁਹਾਨੂੰ ਮੈਂ ਲਾਸਟ ਵਿੱਚ ਦੱਸ ਦਾਂਗਾ ਵੀ ਇਹਨਾਂ ਨੇ ਕਿੰਨੇ ਮੈਨੂੰ ਚਾਰਜ ਕੀਤੇ ਨੇ ਹੈ ਨਾ ਅਤੇ ਸਰਵਿਸ ਇੱਕ ਕਾਰਡ ਵੀ ਆਇਆ ਮਤਲਬ ਉਹਦੇ ਵਿੱਚ ਸਰਵਿਸ ਲਿਖਿਆ ਨੇ ਉਹ ਵੀ ਮੈਂ ਮੈਨਸ਼ਨ ਕਰ ਦੂੰਗਾ ਔਰ ਇਹਨਾਂ ਦੀ ਸਰਵਿਸ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਾਜ਼ਮ ਰੱਖ ਦੂੰਗਾ ਅਗਰ ਕੋਈ ਅਲੈਨ ਦੇ ਵਿੱਚ ਲੋਕਲ ਵੀ ਹੈਗਾ ਤਾਂ ਉਹ ਇਹ ਵਲੌਗ ਨੂੰ ਦੇਖ ਰਿਹਾ ਤਾਂ ਬਾਈ ਜੀ ਉਹ ਸਰਵਿਸ ਨੂੰ ਇੰਜੋਏ ਕਰ ਸਕਦਾ ਘਰ ਬੈਠੇ ਬਿਠਾਏ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸਰਵਿਸ ਸੈਂਟਰ ਵਗੈਰਾ ਕਾਰ ਸਰਵਿਸ ਜਾ ਕੇ ਉੱਥੇ ਇੱਕ ਦਿਨ ਪੂਰਾ ਦਿਨ ਵੇਸਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਓਕੇ ਕਾਲ ਕਰੋ ਬੁੱਕ ਕਰੋ ਘਰ ਬੁਲਾਓ ਘਰ ਆਉਣਗੇ ਅਤੇ ਇਹ ਸਾਰੀ ਕਾਰ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਆਉਣਗੇ ਤਸੱਲੀ ਬਖ ਤੁਸੀਂ ਕੋਲੇ ਖੜ੍ਹ ਜਿਓ ਕੋਲੇ ਖੜ੍ਹਨ ਤੋਂ ਬਾਅਦ ਪੂਰਾ ਚੈੱਕ ਕਰਨ ਤੋਂ ਬਾਅਦ ਇਹਨਾਂ ਨੂੰ ਪੈਸੇ ਦਿਓ ਬਸ ਇੰਨੀ ਕੁ ਕਹਾਣੀ ਆ ਇਹ ਹੈਗਾ ਬੰਦਾ ਜਿਹਨੇ ਕੰਟੈਕਟ ਕੀਤਾ ਸਵੇਰੇ ਸਵੇਰੇ ਬਾਈ ਜੀ ਅਸੀਂ ਆ ਗਏ ਤੁਹਾਡੇ ਘਰ ਸਾਹਮਣੇ ਖੜ੍ਹ ਗਏ ਹਾਂ ਅਤੇ ਇਹ ਮਤਲਬ ਇਹ ਡਰਾਈਵਰ ਆ ਅਤੇ ਜਿਹੜਾ ਬੰਦਾ ਕੀ ਕਰਦਾ ਉਹ ਲੱਗਦਾ ਯਾਰ ਤੁਹਾਨੂੰ ਦੇਖ ਕੇ ਪਤਾ ਲੱਗ ਗਿਆ ਨਾ ਬਈ ਪੂਰੀ ਤਸੱਲੀ ਕਰਾਉਣਗੇ ਕਾਰ ਦੀ ਪੂਰੀ ਤਸੱਲੀ ਬਾਕੀ ਤੁਹਾਨੂੰ ਰਿਜ਼ਲਟ ਦੇਖਣ ਤੋਂ ਬਾਅਦ ਐਂਡ 'ਤੇ ਪੂਰਾ ਇੰਸਪੈਕਸ਼ਨ ਕਰਕੇ ਫਿਰ ਤੁਹਾਨੂੰ ਦੱਸਾਂਗੇ ਠੀਕ ਆ ਬਾਏ।
ਸਟੀਮ ਵਾਸ਼ ਆ ਜਿਹੜੀ ਹੋ ਰਹੀ ਸੀ, ਹੁਣ ਤੁਹਾਨੂੰ ਲੱਗਦਾ ਹੋਣਾ ਸਟੀਮ ਦੀ ਤਰ੍ਹਾਂ ਹੈ ਨਾ, ਧੂੰਆਂ ਜਿਹਾ ਬਾਹਰ ਆ ਰਿਹਾ, ਇਹਨੂੰ ਸਟੀਮ ਵਾਸ਼ ਕਹਿੰਦੇ ਆ। ਔਰ ਸਟੀਮ ਵਾਸ਼ ਹੁਣ ਇੰਟਰਨਲੀ ਸਟੀਮ ਵਾਸ਼ ਹੋ ਗਈ ਆ, ਹੋ ਗਈ ਨਹੀਂ ਮਤਲਬ ਅੱਧਾ ਪਾਰਟ ਹੋਇਆ, ਹੁਣ ਇਹ ਕਰ ਲੰਘਿਆ ਸੱਕ, ਜੋ ਵੀ ਕਚਰਾ ਹੋਊਗਾ ਮਤਲਬ ਗੱਡੀ ਦੇ ਵਿੱਚ, ਹੁਣ ਉਹ ਸੱਕ ਕਰ ਰਿਹਾ, ਠੀਕ ਹੈ। ਵੈਕਿਊਮ ਨਾਲ ਕਲੀਨ ਕਰ ਰਿਹਾ ਇਨਸਾਈਡ ਤੋਂ ਅੰਦਰਲੇ ਪਾਸੇ, ਅਤੇ ਦੂਜਾ ਲੱਗ ਗਿਆ ਇੰਜਨ 'ਤੇ ਸਟੀਮ ਵਾਸ਼ ਕਰਨ ਨੂੰ, ਪ੍ਰੋਪਰ ਪੂਰਾ ਕਲੀਨ ਕਰਨਗੇ। ਮੈਨੂੰ ਇੰਨਾ ਕੁ ਮੈਨੂੰ ਥੋੜ੍ਹਾ ਲੱਗ ਰਿਹਾ ਵਾ ਕਿ ਸਰਵਿਸ ਅੱਛੀ ਆ, ਬਾਕੀ ਐਂਡ 'ਤੇ ਤੁਹਾਨੂੰ ਦੱਸ ਹੀ ਦੇਣਾ ਰਿਜ਼ਲਟ ਕਿਹਾ ਜਾਵਾ, ਹੈ ਨਾ। ਤੁਹਾਨੂੰ ਪਹਿਲਾਂ ਦਿਖਾ ਦਈਏ ਵੀ ਆਹ ਵਾਸ਼ ਨਹੀਂ ਹੋਈ ਹਲੇ, ਕਾਰ ਦੇਖਣ ਨੂੰ ਵੀ ਸਾਫ ਲੱਗਦੀ ਆ ਉੱਪਰੋਂ ਉੱਪਰੋਂ, ਲੇਕਿਨ ਇੰਟਰਨਲੀ ਕਾਫੀ ਗੰਦੀ ਸੀਗੀ। ਕਾਫੀ ਟਾਈਮ ਤੋਂ ਮਾਇੰਡ 'ਤੇ ਸੀਗਾ ਕਿ ਵਾਸ਼ ਕਰਵਾਉਣੀ ਆ, ਟਾਈਮ ਨਹੀਂ ਲੱਗ ਰਿਹਾ ਸੀਗਾ। ਇਹੋ ਜਿਹੀ ਸਰਵਿਸ ਮੈਂ ਕਹਿੰਦਾ ਅਗਰ ਪਹਿਲਾਂ ਮਿਲ ਜਾਂਦੀ ਤਾਂ ਵਾਈ ਨੋਟ, ਕਿਉਂਕਿ ਸ਼ੋਰਟ ਆ, ਥੋੜ੍ਹਾ ਟਾਈਮ ਸੇਵ ਹੋ ਰਿਹਾ, ਸਭ ਕੁਛ ਹੋ ਰਿਹਾ, ਔਰ ਤੁਹਾਡੀ ਅੱਖ ਮੇਨ ਕੀ ਤੁਹਾਡੀ ਚੀਜ਼ ਅੱਖਾਂ ਦੇ ਸਾਹਮਣੇ ਵਾਸ਼ ਹੋ ਰਹੀ ਆ ਪ੍ਰੋਪਰ ਤਰੀਕੇ ਨਾਲ, ਓਕੇ। ਅਤੇ ਸਟੈਪ ਬਾਏ ਸਟੈਪ ਆ, ਪਹਿਲਾਂ ਸਟੀਮ ਵਾਸ਼ ਹੋ ਰਹੀ ਆ, ਫਿਰ ਉਹ ਆਪਦਾ ਕੈਮੀਕਲ ਜੋ ਵੀ ਲਾ ਕੇ ਉਹਨੂੰ ਅੰਦਰੋਂ ਵਾਸ਼ ਕਰ ਰਹੇ ਨੇ, ਸਾਬਣ ਜਾਂ ਕੁਛ ਵੀ ਆ ਉਹਨਾਂ ਦਾ ਕੈਮੀਕਲ, ਤਾਂ ਉਹ ਚੰਗੀ ਤਰ੍ਹਾਂ ਪੂਰਾ ਇੰਟੀਰੀਅਰ ਸੀਟਾਂ ਅੰਦਰੋਂ ਪੂਰੇ ਤਰੀਕੇ ਨਾਲ ਵਾਸ਼ ਕਰਕੇ ਫਿਰ ਉਹਨੂੰ ਦੁਬਾਰਾ ਸਟੀਮ ਵਾਸ਼ ਕਰਨਗੇ, ਫਿਰ ਉਹ 'ਤੇ ਅੰਦਰ ਲਾਸਟ ਵਿੱਚ ਪੋਲਿਸ਼ ਕਰਨਗੇ। ਹੁਣ ਆ ਦੇਖੋ ਡਿੱਗੀ ਸਾਫ ਹੋ ਰਹੀ ਆ। ਇਹ ਬੰਦਾ ਆਇਆ ਨਵਾਂ ਸਰਵਿਸ ਕਰਨ ਲਈ ਮੇਰੇ ਕੋਲ, ਫਸਟ ਵੀ ਕਲੀਨ ਇਨਸਾਈਡ, ਓਕੇ, ਵਿਦ ਸਟੀਮ, ਆਫਟਰ ਕਲੀਨਿੰਗ ਇਨਸਾਈਡ ਵਿਦ ਸਟੀਮ ਯੂਜ਼ਿੰਗ ਅਦਰ ਮਸ਼ੀਨ, ਹਾਂ, ਵੀ ਯੂਜ਼ ਪੁਟਰ ਐਂਡ ਦੈਨ ਵਾਈਪ ਆਊਟ ਦ ਸਟੀਮ ਐਂਡ ਡਸਟ, ਓਕੇ, ਦੈਨ ਆਫਟਰ ਦੈਟ ਵੀ ਕਲੀਨ ਆਊਟਸਾਈਡ, ਵੀ ਫਸਟ ਪੁਟ ਲਿਟਲ ਬਿਟ ਆਫ ਪ੍ਰੈਸ਼ਰ ਆਊਟਸਾਈਡ, ਹਾਂ, ਦੈਨ ਵੀ ਅਪਲਾਈ ਸਾਬੂਨ, ਦੈਨ ਵੀ ਫਿਨਿਸ਼ ਵਿਦ ਸਟੀਮ, ਓਕੇ। ਮੈਨੂੰ ਲੱਗਦਾ ਨਹੀਂ ਇੰਨਾ ਜ਼ਿਆਦਾ ਟਾਈਮ ਲੈਣਗੇ, ਕਿਉਂਕਿ ਗੱਡੀ ਕਿਹੜਾ ਵੱਡੀ ਆ, ਹੈ ਨਾ, ਇਹ ਕਿਹੜਾ V8 ਆ ਜਾਂ SUV ਆ। ਜਦੋਂ ਪੰਜਾਬ 'ਚ ਕੋਈ ਕੰਮ ਧੰਦਾ ਨਹੀਂ ਹੁੰਦਾ ਸੀ ਨਾ, ਵਿਹਲੇ ਹੁੰਦੇ ਸੀ, ਐਂ ਬਹਿ ਜਾਂਦੇ ਸੀਗੇ ਮੋੜਾਂ 'ਤੇ ਆ ਕੇ, ਬਹੁਤ ਟਾਈਮ ਪਾਸ ਕੀਤਾ ਯਾਰ, ਕਿੰਨੇ ਘੰਟੇ ਮੋੜਾਂ 'ਤੇ ਬਹਿ ਜਾਣਾ, ਅਤੇ 1 ਘੰਟਾ 2 ਘੰਟਾ ਪੂਰੀ ਦਿਹਾੜੀ ਨਹੀਂ ਪਤਾ ਲੱਗਦਾ ਸੀ ਬੰਦਾ ਕਿੱਧਰ ਨੂੰ ਜਾਂਦਾ, ਹੈ ਨਾ, ਪੂਰਾ ਦਿਨ ਨਿਕਲ ਜਾਂਦਾ ਸੀ ਬੈਠੇ ਬੈਠੇ ਮੁਹੱਲੇ ਦੇ ਬਾਹਰ, ਮੇਨ ਹਾਈਵੇ ਲੁਧਿਆਣੇ ਤੋਂ ਮੋਗਾ, ਉਹਦੇ ਕਿਨਾਰੇ 'ਤੇ ਬਹਿੰਦੇ ਸੀਗੇ ਐਂ ਪੱਥਰ 'ਤੇ, 7-8 ਆਣੇ ਮੁਹੱਲੇ ਦੇ, ਫਿਰ ਸਾਰੀ ਰਾਹ ਮੈਂ ਨਾ 3-4 ਘੰਟੇ ਨਿਕਲ ਜਾਣੇ, ਗੱਲਾਂ ਕਰੀ ਜਾਣੀਆਂ, ਬੱਸ ਵੀ ਰੋਕ ਲੈਂਦੇ ਸੀ ਇਕੱਠੇ। ਸ਼ੈਤਾਨੀ ਦਿਮਾਗ, ਇਹਦੇ ਵਿੱਚ ਕਿਹੜੇ ਕਿਹੜੇ ਬੰਦੇ ਸ਼ਾਮਿਲ ਹੁੰਦੇ ਸੀ? ਮੈਂ, ਬੱਬੂ, ਤੂੰ, ਸਾਰੇ ਮਤਲਬ ਗੱਪ ਸ਼ੱਪ, ਉਹ ਟਾਈਮ ਨਿਕਲ ਗਿਆ, ਹੁਣ ਉਹ ਵਾਪਸ ਨਹੀਂ ਆਉਣੇ, ਲੇਕਿਨ ਉਹ ਮਜ਼ੇਦਾਰ ਸੀ ਉਹ ਟਾਈਮ ਜਿਹੜੇ ਸੀਗੇ। ਤਾਈਓ ਜੋ ਟਾਈਮ ਮਿਲਦਾ ਉਹਨੂੰ ਇੰਜੋਏ ਕਰ ਲਓ, ਬਚਪਨ, ਜਵਾਨੀ, ਬੁਢਾਪਾ, ਫਿਰ ਸਿੱਧਾ ਰਸਤਾ ਉੱਤੇ, ਪਤਾ ਨਹੀਂ ਕੀ ਨੁਕਸ ਲੱਭਦਾ ਰਹਿੰਦਾ, ਦੇ ਉਹਨਾਂ ਨੇ ਕੀ ਨੁਕਸ ਫੜਿਆ, ਨੁਕਸ ਨਹੀਂ ਸਾਲਾ, ਐਵੇਂ ਜਬੜੀਆਂ ਮਾਰਦਾ ਰਹਿੰਦਾ। ਕੀ ਲੱਭ ਗਿਆ ਛੋਟੇ ਹੁਣ ਤੈਨੂੰ? ਲੋਕ ਆ, ਹੈ ਲੋਕ ਟੁੱਟੇ, ਆ ਟੁੱਟੇ ਹਲਾਤਾ, ਮੈਂ ਕਸਤਾ, ਮੈਂ ਫਿਰ ਵਰਕਸ਼ਾਪ ਨਾ ਖੋਲਦਾ ਤੈਨੂੰ ਹੁਣ? ਹਾਂ, ਮੈਂ ਲੋਕ ਸੀ ਯਾਰ, ਤੂੰ ਕਿ ਬਸ ਆਹ ਤਰ੍ਹਾਂ ਦੇ ਲੋਕ ਇੱਥੇ ਕੱਸੇ ਜਾਂਦੇ ਹਨ। ਇਹਨੂੰ ਮਿਸ ਕਾਲ ਆਈ, ਮਿਸ ਕਾਲ ਚ ਕੱਟੀ ਗਈ, ਮਤਲਬ
ਹੁਣ ਉਹਨਾਂ ਨੂੰ ਬੈਕ ਕਾਲ ਕਰ ਰਿਹਾ ਵੀ ਤੁਸੀਂ ਕੀਤੀ ਤਾਂ ਕੀਤੀ ਕਿਵੇਂ, ਉਹ ਕਹਿੰਦੇ ਅਵੇਲੇਬਲ ਨਹੀਂ ਹੈ ਬੰਦਾ। ਅੱਜ ਸਾਲ ਦਾ ਲਾਸਟ ਡੇ ਆ, ਕੱਲ ਨੂੰ ਅਗਲੇ ਸਾਲ ਦਾ ਪਹਿਲਾ ਦਿਨ, ਪਤਾ ਨੀ ਕਿਹੜਾ ਮੈਸੇਜ ਦਊਗਾ ਯਾਰ। ਆਫਟਰ ਸਟੀਮ ਵਾਸ਼ ਹੁਣ ਸੋਪ ਨਾਲ ਪੂਰਾ ਇੰਜਨ ਕਲੀਨ ਹੋ ਰਿਹਾ। ਹੁਣ ਤੱਕ ਦੀ ਸਰਵਿਸ ਵੈਰੀ ਗੁੱਡ, ਹਾਲੇ ਤੱਕ ਮੁੰਡਿਆਂ ਦਾ ਮੇਰੇ ਵੱਲ ਤੱਕ ਕੋਈ ਮਾਈਨਸ ਪੁਆਇੰਟ ਨਹੀਂ ਨਜ਼ਰ ਆਇਆ ਕਿ ਯਾਰ ਇਹ ਜਾਂ ਕੰਮ ਚੋਰੀ ਕਰਦੇ ਆ ਜਾਂ ਥੋੜ੍ਹਾ ਜਿਹਾ ਤੁਹਾਨੂੰ ਬੇਵਕੂਫ ਬਣਾ ਰਿਹਾ ਜਾਂ ਜ਼ਿਗ-ਜ਼ੈਗ ਮਾਰ ਰਿਹਾ, ਨਾ ਇਮਾਨਦਾਰੀ ਨਾਲ ਲੱਗੇ ਹੋਏ ਨੇ ਹੁਣ ਤੱਕ। ਠੀਕ ਹੈ, ਗਾਏ 9:30 ਦੇ ਅਸੀਂ ਲੱਗੇ ਹੋਏ ਹਾਂ, ਮਤਲਬ ਅਸੀਂ ਤਾਂ ਕੀ ਲੱਗੇ ਹਾਂ, ਮੁੰਡੇ ਆਇਆ ਕਾਰ ਵਾਸ਼ ਕਰਨ, ਲੇਕਿਨ ਸਿਰ 'ਤੇ ਤਾਂ ਖੜ੍ਹਨਾ ਹੀ ਪੈਂਦਾ ਅਗਰ ਤੁਹਾਡੀ ਕੋਈ ਚੀਜ਼ ਜਾਂ ਤੁਸੀਂ ਕੋਈ ਪੈਸਾ ਸਪੈਂਡ ਕਰ ਰਹੇ ਹੋ। ਅਤੇ ਸਰਵਿਸ ਔਰ ਕਲੀਨਿੰਗ ਡਨ ਹੋ ਗਈ ਆ, ਚਲੋ ਇੰਸਪੈਕਸ਼ਨ ਕਰਦੇ ਹਾਂ, ਕਾਰ ਨੂੰ ਚੈੱਕ ਕਰਦੇ ਹਾਂ ਕਿਵੇਂ ਉਹਨਾਂ ਨੇ ਕੀਤੀ ਹੈ, ਨਾਲੇ ਤੁਹਾਨੂੰ ਦਿਖਾਉਂਦੇ ਹਾਂ। ਓਕੇ, ਪਹਿਲਾਂ ਆਪਾਂ ਅਗਰ ਤੁਹਾਨੂੰ ਸ਼ਾਇਦ ਸ਼ਾਈਨੀ ਜਿਹਾ ਲੱਗਦਾ ਹੋਊ, ਧੁੱਪ ਪੈ ਰਹੀ ਆ, ਇਹ ਥੋੜ੍ਹਾ ਵਾਈਟਿਸ਼ ਜਿਹਾ ਸੀ, ਗੰਦਾ ਮੈਲਾ ਜਿਹਾ, ਲੇਕਿਨ ਪਰਫੈਕਟ ਕਲੀਨਿੰਗ ਕੀਤੀ ਆ ਹੁਣ ਇਹਨਾਂ ਨੇ, ਆਹ ਵੀ ਰੱਖਿਆ ਹੋਇਆ ਆਪਾਂ ਇਹ ਵੀ ਕਰ ਰਿਹਾ ਵਾ। ਅਤੇ ਹੁਣ ਅੰਦਰ ਆ ਜਾਓ, ਵੈਰੀ ਗੁੱਡ, ਫੁੱਟ ਮੈਟ 'ਤੇ ਇਹਨਾਂ ਨੇ ਕਵਰ ਚੜਾ ਕੇ ਦਿੱਤਾ ਵਾ ਪੂਰਾ ਫਿਕਸ ਕਰਕੇ, ਹੈਂ ਇਹ ਵੀ ਅੱਛਾ ਵਧੀਆ ਲੱਗਿਆ। ਸੀਟ ਦੇ ਉੱਤੇ ਜੋ ਕਾਰ ਦੀਆਂ ਫਰੰਟ ਸੀਟ ਨੇ, ਵੈਸੇ ਤੁਹਾਡੇ ਲਈ ਦਿਖਾ ਰਿਹਾ, ਅਸੀਂ ਤਾਂ ਕੋਲੇ ਖੜ੍ਹ ਕੇ ਕਰਵਾਈ ਹੈ ਸਾਰੀ ਗੱਡੀ ਸਾਫ਼, ਤੁਹਾਨੂੰ ਸ਼ਾਇਦ ਕੈਮਰੇ ਵਿੱਚ ਯਾਰ ਇੰਨਾ ਜ਼ਿਆਦਾ ਦਿਖੇ ਨਾ, ਲੇਕਿਨ ਰਿਜ਼ਲਟ ਪਰਫੈਕਟ ਆਇਆ ਵਾ। ਰੂਫ਼ ਬਹੁਤ ਗੰਦੀ ਸੀਗੀ ਇਹਦੀ, ਠੀਕ ਹੈ, ਕਾਫ਼ੀ ਨਿਸ਼ਾਨ ਜਿਹੇ ਪਏ ਹੋਏ ਸੀਗੇ, ਅਤੇ ਹੁਣ ਵਧੀਆ ਐਨ ਬਿਲਕੁਲ ਕਲੀਨ ਕੀਤਾ, ਸੀਟ ਵਗੈਰਾ ਸਾਰੀ ਕਲੀਨ ਕਰਤੀ ਹੈ, ਔਰ ਇੱਥੇ ਥੋੜ੍ਹੀ ਡਸਟ ਲਾਸਟ ਵਿੱਚ ਫਾਇੰਡ ਆਊਟ ਕੀਤੀ ਸੀਗੀ। ਅਤੇ ਕਾਰ ਕੀਤੀ ਬੰਦ, ਹਾਂ ਰਿਮ ਵਗੈਰਾ ਵੀ ਅੱਛੇ ਇੱਥੇ ਪੋਲਿਸ਼ ਮਾਰੀ ਇਹਨਾਂ ਨੇ, ਕਿਵੇਂ ਲੱਗ ਰਹੇ ਨੇ, ਵਧੀਆ, ਥੋੜ੍ਹੀ ਡਸਟ ਥੋੜ੍ਹੇ ਟਾਈਮ ਬਾਅਦ ਇਹ 'ਤੇ ਲੱਗ ਜਾਣੀ ਆ ਆਈ ਨੋ, ਬਟ ਫੋਰ ਟਾਈਮ ਬੀਂਗ ਪੋਲਿਸ਼ ਨਾਲ ਅੱਛਾ ਚਮਕਾਇਆ ਇਹਨਾਂ ਨੇ। ਹੁਣ ਆ ਜਾਓ ਇੰਜਨ 'ਤੇ, ਅਗਰ ਤੁਸੀਂ ਇੰਜਨ ਦੀ ਕੰਡੀਸ਼ਨ ਪਹਿਲਾਂ ਦੇ ਦੇਣਾ, ਉਹ ਮੈਂ ਭੁੱਲ ਗਿਆ ਰਿਕਾਰਡ ਕਰਨੀ, ਕਾਫੀ ਡਰਟੀ ਸੀਗਾ ਇਹ, ਕਾਫੀ ਗੰਦਾ ਸੀ, ਡਸਟ ਵਗੈਰਾ ਪਈ ਹੋਈ ਸੀ, ਹੁਣ ਇਹਨਾਂ ਨੇ ਪੋਲਿਸ਼ ਮਾਰ ਕੇ ਬਿਲਕੁਲ ਚਮਕਾਤਾ ਹੁਣ। ਅਤੇ ਆ ਲਓ ਬਾਈ ਜੀ, ਜੀ ਬਾਈ, ਠੀਕ ਹੈ, ਕਲੀਨਿੰਗ ਹੋ ਗਈ ਆ। ਅਤੇ ਮੈਂ ਤੁਹਾਨੂੰ ਦੱਸਦਾ ਇਹਦਾ ਪ੍ਰਾਈਜ਼ ਕੀ ਆ, ਉਹਨਾਂ ਨੇ ਜੋ ਇਹਨਾਂ ਦੀ ਕੰਪਨੀ ਦੇ ਚਾਰਜਸ ਨੇ 180 ਦਿਰਹਮ ਦੇ ਵਿੱਚ ਇਹਨਾਂ ਨੇ ਸਰਵਿਸ ਅਸੀਂ ਬੁੱਕ ਕਰਵਾਈ ਸੀਗੀ, ਔਰ ਇਹ ਆਏ ਸਵੇਰੇ 9:30 ਦਾ ਟਾਈਮ ਦਿੱਤਾ ਸੀ, ਹਾਫ ਐਨ ਆਵਰ ਬਿਫੋਰ ਇਹ ਰੀਚ ਕੀਤੇ ਸਾਡੇ ਕੋਲ, 9:30 ਇਹਨਾਂ ਨੇ ਸਟਾਰਟ ਕੀਤਾ। ਓਕੇ, 9:30 ਸਟਾਰਟ ਕਰਨ ਤੋਂ ਬਾਅਦ ਹੁਣ ਵੱਜਦੇ ਆ 12, ਅਤੇ ਕਾਫੀ ਟਾਈਮ ਲੱਗਦਾ ਗੱਡੀ ਨੂੰ ਮਤਲਬ ਸਾਫ਼ ਕਰਨ 'ਤੇ, ਕਲੀਨ ਕਰਤੇ, ਅਗਰ ਤੁਸੀਂ ਤਸੱਲੀ ਕਰਾਉਣੀ ਹੈ, ਅਗਰ ਤੁਸੀਂ ਸਿਰ 'ਤੇ ਖੜ੍ਹੇ ਹੋ ਤਾਂ। ਓਕੇ, ਅਤੇ ਜ਼ਰੂਰੀ ਵੀ ਆ ਉਹ ਕਰਨਾ। ਔਰ ਇਹਦੇ ਵਿੱਚ ਸਰਵਿਸਿਸ, ਮੈਂ ਇੱਕ ਕਲਿੱਪ ਛੋਟਾ ਜਿਹਾ ਫੋਟੋ ਐਡ ਕਰਦਾ ਕੀ ਸਰਵਿਸ ਨੇ, VIP ਆ, ਗੋਲਡਨ ਆ, ਉਹਦੇ ਵਿੱਚ ਐਡ ਕੀਤੀਆਂ ਹੋਈਆਂ ਨੇ। ਔਰ ਇਹਨਾਂ ਦੀ ਗੱਡੀ ਹੈਗੀ ਆ ਇਹ ਵਾਲੀ, ਓਕੇ, ਪਾਵਰ ਪ੍ਰੈਸ਼ਰ ਕਲੀਨਿੰਗ ਐਂਡ ਪੋਲਿਸ਼ਿੰਗ ਕਾਰ, ਟੂ ਪ੍ਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਔਰ ਇਹ ਵਲੌਗ ਕਿੱਦਾਂ ਦਾ ਲੱਗਿਆ ਤਾਂ ਲਾਜ਼ਮ ਕਮੈਂਟ ਕਰਕੇ ਪਲੀਜ਼ ਥੋੜ੍ਹਾ ਜਿਹਾ ਮੋਟੀਵੇਟ ਕਰੋ। ਓਕੇ, ਬਾਬਾ ਪੀਸ।